ਮਨ ਲਓ ਦੋ ਵਸਤੂਆਂ A ਅਤੇ B ਜਿੰਨਾ ਦਾ ਪੁੰਜ MA ਅਤੇ MB ਹੈ ਇੱਕੋ ਹੀ ਸਰਲ ਰੇਖਾ ਵਿੱਚ ਵੱਖ-ਵੱਖ ਵੇਗਾ ਨਾਲ ਕ੍ਰਮਵਾਰ UA ਅਤੇ UB ਨਾਲ ਗਤੀ ਕਰ ਰਹੀਆਂ ਹਨ ਉਹਨਾਂ ਉੱਪਰ ਕੋਈ ਹੋਰ ਅਸੰਤੁਲਿਤ ਬਲ ਕਾਰਜ ਨਹੀਂ ਕਰ ਰਿਹਾ ਮੰਨ ਲਓ UA u b ਤੋਂ ਜ਼ਿਆਦਾ ਹੈ ਅਤੇ ਦੋਨੋਂ ਗੇਂਦਾਂ ਦਿਖਾਏ ਅਨੁਸਾਰ ਆਪਸ ਵਿੱਚ ਟਕਰਾਉਂਦੀਆਂ ਹਨ ਟਕਰਾਨ ਦਾ ਸਮਾਂ t ਹੈ ਗੇਂਦ a ਗੇਂਦ b ਤੇ f a b ਬਲ ਲਗਾਉਂਦੀ ਹੈ ਅਤੇ ਗੇਂਦ b f b a ਬਲ ਗੇਂਦ a ਤੇ ਲਗਾਉਂਦੀ ਹੈ ਟਕਰਾਉਣ ਤੋਂ ਬਾਅਦ ਗੇਂਦ a ਦਾ ਵੇਗ va ਅਤੇ ਗੇਂਦ b ਦਾ ਵੇਗ v b ਹੈ ਅਤੇ ਟਕਰਾਉਣ ਸਮੇਂ ਗੇਂਦ a ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਜਾਂ ਕਹਿ ਲਓ f ab ਕਿਰਿਆ ma va ua t ਦੇ ਬਰਾਬਰ ਹੋਵੇਗੀ ਅਤੇ ਟਕਰਾਉਣ ਸਮੇਂ ਗੇਂਦ b ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਭਾਵ fb a mb vb ub t ਦੇ ਬਰਾਬਰ ਹੋਵੇਗਾ ਗਤੀ ਦੇ ਤੀਜੇ ਨਿਯਮ ਅਨੁਸਾਰ ਗੇਂਦ a ਦੁਆਰਾ ਗੇਂਦ b ਤੇ ਲਗਾਇਆ ਗਿਆ ਬਲ fab ਅਤੇ ਗੇਂਦ b ਦੁਆਰਾ ਗੇਂਦ a ਤੇ ਲਗਾਇਆ ਗਿਆ ਬਲ fba ਇੱਕ ਦੂਜੇ ਦੇ ਬਰਾਬਰ ਅਤੇ ਉਲਟ ਹੋਣਗੇ ਜਾਂ ma va ua t mb vb ub t ਇਸ ਲਈ ਸਾਨੂੰ ਇਹ ਸਮੀਕਰਨ ਅੰਤ ਵਿੱਚ ਪ੍ਰਾਪਤ ਹੁੰਦਾ ਹੈ ਟਕਰਾਉਣ ਤੋਂ ਪਹਿਲਾਂ ਦੋਨੋਂ ਗੇਂਦਾਂ a ਅਤੇ b ਦਾ ਕੁੱਲ ਸੰਵੇਗ ਅਤੇ ਟਕਰਾਉਣ ਤੋਂ ਬਾਅਦ ਕੁੱਲ ਸੰਵੇਗ ਬਰਾਬਰ ਹੈ ਇਸ ਤਰ੍ਹਾਂ ਦੇ ਆਦਰਸ਼ ਟਕਰਾਉਣ ਪ੍ਰਯੋਗ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਦੋ ਵਸਤੂਆਂ ਦੇ ਟਕਰਾਉਣ ਤੋਂ ਪਹਿਲਾਂ ਕੁੱਲ ਸੰਵੇਗ ਦਾ ਜੋੜ ਅਤੇ ਦੋ ਵਸਤੂਆਂ ਦਾ ਟਕਰਾਉਣ ਤੋਂ ਬਾਅਦ ਕੁੱਲ ਸੰਵੇਗ ਦਾ ਜੋੜ ਬਰਾਬਰ ਹੁੰਦਾ ਹੈ ਜੇਕਰ ਉਹਨਾਂ 'ਤੇ ਕੋਈ ਅਸੰਤੁਲਿਤ ਬਲ ਕਾਰਜ ਨਾ ਕਰ ਰਿਹਾ ਹੋਵੇ ਇਸੇ ਨੂੰ ਸੰਵੇਗ ਦਾ ਸੁਰੱਖਿਆ ਨਿਯਮ ਕਿਹਾ ਜਾਂਦਾ ਹੈ